ਚਰਨਾਂ ਵਿੱਚ ਨਿਮਰਤਾ ਸਾਹਿਬ ਬੇਨਤੀ ਹੈ ਕਿ ਪ੍ਰੇਮ ਨਾਲ ਸਾਜਾ ਹੋ, ਕਿਉਂਕਿ ਵਾਰੀ ਵਾਰੀ ਤੁਸੀਂ ਸਾਰਿਆਂ ਨੇ ਹੀ ਆਪਣੇ ਮਹਿਬੂਬ ਨੇਤਾ ਦੇ ਦਰਸ਼ਨ ਕਰਨੇ ਨੇ। ਮੇਰੀ ਨਿਮਰਤਾ ਸਾਹਿਬ ਬੇਨਤੀ ਆ ਪ੍ਰੈਸ ਵਾਲਿਆਂ ਵੀਰਾਂ ਨੂੰ ਵੀ ਕਿ ਇੱਕ ਵਾਰ ਫੋਟੋ ਲੈ ਲਓ ਅਤੇ ਫਿਰ ਕੀਰਤਨ ਹੋ ਬੈਠਣਾ ਹੈ। ਪ੍ਰੈਸ ਵਾਲਿਆਂ ਨੂੰ ਵੀ ਨਿਮਰਤਾ ਸਾਹਿਬ ਬੇਨਤੀ ਹੈ, ਫੋਟੋ ਲੈ ਕੇ ਥੋੜ੍ਹੀ ਸਾਈਡ ਲੈ ਲਓ ਤੁਸੀਂ। ਸਤਸੰਗਤ ਜੀ ਐਂ ਦੀ ਨੰਗੇ ਚੱਲੋ, ਦਰਸ਼ਨ ਕਰਕੇ ਐਂ ਦੀ ਨੰਗੇ ਚੱਲੋ, ਇੱਧਰ ਦੀ ਨੰਗੇ ਚੱਲੋ ਭਾਈ, ਐਂ ਦੀ ਨੰਗੇ ਪਿੱਛੇ ਲਾ ਕੇ ਕੀਰਤਨ ਹੋ ਰਿਹਾ। ਕੀਰਤਨ ਦਾ ਸਤਿਕਾਰ ਕਰਨਾ ਸਾਡੇ ਵਾਸਤੇ ਬਹੁਤ ਜ਼ਰੂਰੀ ਹੈ। ਜਥੇਦਾਰ ਬਲਦੇਵ ਸਿੰਘ ਜੀ, ਮੁਖੀ ਅਖੰਡ ਕੀਰਤਨੀ ਜਥਾ, ਬੜਾ ਹੀ ਗਹਿਰਾ ਦੁੱਖ ਹੈ, ਬੜਾ ਅਫਸੋਸ ਹੈ ਕਿ ਪੰਜਾਬ ਦੇ ਹਰਮਨ ਪਿਆਰੇ ਲੀਡਰ
ਸਰਦਾਰ ਸੁਰਿੰਦਰ ਸਿੰਘ ਜੀ ਕੈਰੋਂ ਸਾਹਿਬ ਸਾਨੂੰ ਸਦੀਵੀ ਵਿਛੋੜਾ ਦੇ ਗਏ। ਉਹਨਾਂ ਦੀ ਬੇਵਕਤ ਅਚਾਨਕ ਔਰ ਦਰਦਨਾਕ ਜੁਦਾਈ ਦਾ ਗਹਿਰਾ ਦੁੱਖ ਹੈ ਔਰ ਕਹਿ ਹੈ ਅਸਹਿ ਹੈ। ਉਹਨਾਂ ਨੇ ਆਪਣੀ ਜ਼ਿੰਦਗੀ ਵਿੱਚ ਸਿਆਸੀ ਤੌਰ 'ਤੇ, ਸਮਾਜਿਕ ਤੌਰ 'ਤੇ, ਧਾਰਮਿਕ ਤੌਰ 'ਤੇ ਬਹੁਤ ਹੀ ਸੇਵਾਵਾਂ ਕੀਤੀਆਂ ਸਨ। ਅੱਜ ਉਹਨਾਂ ਦੇ ਪਰਿਵਾਰ ਵੀ ਉਹਨਾਂ ਦੇ ਨਕਸ਼ੇ ਕਦਮ 'ਤੇ ਚੱਲ ਕੇ ਇਹ ਸੇਵਾ ਆਪਣੀਆਂ ਜਾਰੀ ਰੱਖਦੇ। ਇਹ ਪੰਜਾਬ ਦਾ ਪ੍ਰਸਿੱਧ ਘਰਾਣਾ ਹੈ। ਇਹਨਾਂ ਨੇ ਦੇਸ਼ ਦੇ ਇਤਿਹਾਸ ਵਿੱਚ ਬਹੁਤ ਯੋਗਦਾਨ ਪਾਇਆ।